ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਜੋ ਸਾਥੀਆਂ ਦੀ ਇੱਕ ਵੀਡੀਓ ਆਡੀਓ ਵੀ ਆਈ ਸੀ ਜੇਲ੍ਹ ਦੇ ਵਿੱਚੋਂ, ਡਿਮਾਂਡ ਇੱਕੋ ਹੈਗੀ ਆ, ਉਹ ਹੈ ਜੇਲ੍ਹ ਟ੍ਰਾਂਸਫਰ। ਉਹਨਾਂ ਨੂੰ ਉੱਥੇ ਬਿਲਕੁਲ ਸੇਫ ਨਹੀਂ ਫੀਲ ਹੁੰਦਾ। ਵੀ ਪਹਿਲੀ ਗੱਲ ਤਾਂ ਜੋ DGP ਅਸਾਮ ਨੇ ਜੋ ਫੈਸਿਲਿਟੀਜ਼ ਉਹਨਾਂ ਨੂੰ ਜੇਲ੍ਹ ਵਿੱਚ ਦਿੱਤੀਆਂ ਸੀ, ਜੋ ਐਜ਼ ਪਰ ਲਾਅ ਦਿੱਤੀਆਂ ਸੀ, ਫੋਨ ਸੀ, ਉਹੀ DGP ਅਸਾਮ ਨੇ ਉਹਨਾਂ ਤੇ ਇੱਕ ਦੋਸ਼ ਲਾਇਆ ਵੀ ਇਹਨਾਂ ਕੋਲੋਂ ਫੋਨ ਰਿਕਵਰ ਹੋਏ। ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜੋ ਜੇਲ੍ਹ ਪ੍ਰਸ਼ਾਸਨ ਇਹ ਕਹਿ ਰਿਹਾ ਸਾਡੀ ਨੌਲੇਜ ਨਹੀਂ ਸੀ, ਤਾਂ ਕੁਝ ਇਲੈਕਟ੍ਰੀਸ਼ੀਅਨ ਦੇ ਰੂਪ ਵਿੱਚ ਕੁਝ ਬੰਦੇ ਆਏ ਤੇ ਉਹਨਾਂ ਦੀਆਂ ਬੈਰਕਾਂ ਦੇ ਵਿੱਚ, ਉਹਨਾਂ ਦੇ ਬਾਥਰੂਮਾਂ ਦੇ ਵਿੱਚ, ਉਹਨਾਂ ਦੇ ਵਾਸ਼ਰੂਮਾਂ ਦੇ ਵਿੱਚ ਜੋ ਸਪਾਈ ਕੈਮਰੇ ਲਾਏ ਗਏ ਨੇ, ਉਹਨਾਂ ਦੀ ਰੇਕੀ ਕਰਦੇ ਸੀ। ਤੇ ਉਹਨਾਂ ਨੂੰ ਖਤਰਾ ਹੈ ਇਸ ਚੀਜ਼ ਦਾ ਵੀ ਸਾਨੂੰ ਇੱਥੇ ਕੋਈ ਨਾ ਕੋਈ ਕੋਈ ਪੋਇਜ਼ਨ ਵਰਗੀ ਕੋਈ ਚੀਜ਼ ਦਿੱਤੀ ਜਾਵੇਗੀ ਤੇ ਜੋ ਸਾਡਾ ਨੁਕਸਾਨ ਕੀਤਾ ਜਾਵੇਗਾ। ਤਾਂ ਇਸੇ ਦੇ ਸੰਬੰਧ ਦੇ ਵਿੱਚ ਜੋ ਪਰਿਵਾਰ ਨੇ, ਜਿੰਨੇ ਵੀ NSA ਡਿਟੈਨਿਊਜ਼ ਨੇ ਦਿਬਰੂਗੜ੍ਹ ਜੇਲ੍ਹ ਵਿਖੇ, 10 ਪਰਿਵਾਰ ਉਹਨਾਂ ਦੇ ਤੇ 30 ਪਰਿਵਾਰ ਜੋ ਅੰਮ੍ਰਿਤਸਰ ਜੇਲ੍ਹ ਵਿੱਚ, ਉਹਨਾਂ ਦੇ ਜੋ ਉੱਥੇ ਪਰਿਵਾਰਕ ਮੈਂਬਰ ਜੇਲ੍ਹਾਂ ਵਿੱਚ ਨੇ, ਟੋਟਲ ਉਹ 45 ਬੰਦੇ ਬਣਦੇ ਨੇ। ਤੇ ਹੋਰ ਜੋ 5 ਕੈਦੀ ਨਾਲ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ, ਉਹਨਾਂ ਦੇ ਕੋਲ ਮੈਂ ਕੱਲ੍ਹ ਮਿਲਣ ਗਿਆ ਸੀ, ਤਾਂ ਉਹਨਾਂ ਨੇ ਦੱਸਿਆ ਅਸੀਂ ਪੂਰੇ 45 ਜਣੇ ਜੇਲ੍ਹਾਂ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਹਾਂ। ਤੇ ਜਿਹੜੇ ਉਹਨਾਂ ਦੇ ਪਰਿਵਾਰ ਨੇ, ਉਹ ਜੋ ਹੈਰੀਟੇਜ ਸਟਰੀਟ ਹੈ ਹਰਿਮੰਦਰ ਸਾਹਿਬ, ਉੱਥੇ ਉਹਨਾਂ ਦੀ ਹਦੂਦ ਦੇ ਵਿੱਚ ਦਰਬਾਰ ਸਾਹਿਬ ਦੇ ਲਾਗੇ, ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੈ, ਉੱਥੇ ਸਾਰੇ ਪਰਿਵਾਰ ਵੀ ਭੁੱਖ ਹੜਤਾਲ ਤੇ ਨੇ। ਤੇ ਜੋ ਕੌਮ ਦਾ ਵੀ ਬੜਾ ਹੰਗਾਰਾ ਮਿਲਿਆ ਹੈ, ਤੇ ਇਹੋ ਬੇਨਤੀ ਕਰਦੇ ਹਾਂ ਸਮੁੱਚੀ ਕੌਮ ਨੂੰ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ। ਵੀ ਅੱਜ ਅਸੀਂ ਇੱਥੇ ਸਰਕਾਰ ਨਾਲ ਮੁਲਾਕਾਤ ਕਰਨ ਆਏ ਸੀ, ਪਹਿਲਾਂ ਸਾਨੂੰ ਜੋ ਉੱਥੋਂ ਦੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਅਰਬਨ ਦੇ, ਉਹਨਾਂ ਨੇ ਕਿਹਾ ਵੀ ਜੋ ਹੋਮ ਸਕੱਤਰ ਸਾਹਿਬ ਨਾਲ ਮੀਟਿੰਗ ਕਰਨ ਜਾ ਰਹੇ ਹਾਂ, ਪਰ ਇੱਥੇ ਜਦੋਂ ਅਸੀਂ ਪਹੁੰਚੇ ਤਾਂ ਜੋ ਮੀਟਿੰਗ ਕਰਾਈ ਗਈ ਉਹ ਜੁਆਇੰਟ ਸਕੱਤਰ ਹੋਮ ਉਹਨਾਂ ਨਾਲ ਕਰਾਈ ਗਈ। ਤੇ ਉਹਨਾਂ ਨੇ ਦੇਖੋ ਸਾਨੂੰ ਕੋਈ ਨਾ ਤਾਂ ਕੋਈ ਆਸ਼ਵਾਸਨ ਦਿੱਤਾ ਵੀ ਕੋਈ ਜੇਲ੍ਹ ਟ੍ਰਾਂਸਫਰ ਹੋ ਜਾਊਗਾ, ਪਰ ਜੋ ਇੱਕ ਸਰਕਾਰੀ ਗੱਲਾਂ ਹੁੰਦੀਆਂ ਨੇ, ਗੱਲਾਂ ਦਾ ਜਾਲ ਹੁੰਦਾ ਹੈ, ਉਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਤੇ ਉਹਨਾਂ ਨੇ ਕਿਹਾ ਵੀ ਦੇਖੋ ਜਿਹੜੀ ਸਾਡੀ ਡਿਮਾਂਡ ਹੈ ਅਸੀਂ ਸੋਚਾਂਗੇ। ਵੈਸੇ ਸੋਚਣ ਦਾ ਸਮੇਂ ਇਹਨਾਂ ਤੋਂ ਅੱਜ ਤੋਂ ਨਹੀਂ ਸ਼ੁਰੂ ਹੁੰਦਾ, ਜੋ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੇ ਜੋ ਭੁੱਖ ਹੜਤਾਲ ਉਹ 16 ਫਰਵਰੀ ਤੋਂ ਸ਼ੁਰੂ ਕੀਤੀ ਗਈ ਹੈ, ਉਹਨਾਂ ਦੀ ਜੋ ਸਿਹਤ ਹੈ ਉਹ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਬੜਾ ਜ਼ਿਆਦਾ ਡਾਕਟਰ ਨੇ, ਇੱਕ ਜੋ ਭਾਈ ਬਸੰਤ ਸਿੰਘ ਦੌਲਤਪੁਰਾ ਨੇ, ਉਹਨਾਂ ਨੂੰ ਜੋ ਹਸਪਤਾਲ ਵਿੱਚ ਵੀ ਦਾਖਲ ਕਰਾਉਣ ਦੀ ਨੌਬਤ ਆ ਚੁੱਕੀ ਹੈ ਤੇ ਸਿਵਲ ਹਸਪਤਾਲ ਵਿੱਚ ਦਾਖਲ ਵੀ ਕਰਾ ਦਿੱਤਾ ਉਹਨਾਂ ਨੂੰ। ਤੇ ਇੱਧਰ ਜੋ ਗੁਰਪ੍ਰੀਤ ਸਿੰਘ, ਇੱਕ ਨੌਜਵਾਨ ਤਰਨ ਤਾਰਨ ਤੋਂ, ਉਹਨਾਂ ਨੂੰ ਵੀ ਅੰਮ੍ਰਿਤਸਰ ਜੇਲ੍ਹ ਵਿੱਚ ਹਸਪੀਟਲ 'ਚ ਰੱਖਿਆ ਗਿਆ ਹੈ, ਤਾਂ ਬੜੀ ਜ਼ਿਆਦਾ ਨਾਜ਼ੁਕ ਸਥਿਤੀ 'ਚ ਹੈ। ਦੇਖੋ ਮੇਰੇ ਹਿਸਾਬ ਨਾਲ ਜੋ ਸਰਕਾਰ ਹੈ ਇੱਕ ਬੜੀ ਜ਼ਿਆਦਾ ਅਣਮਨੁੱਖੀ ਇੰਟੈਂਸ਼ਨ ਦੇ ਨਾਲ ਵਤੀਰਾ ਕਰ ਰਹੀ ਹੈ, ਕੋਈ ਉਹਨਾਂ ਨੂੰ ਜਾਨ ਦੀ ਟੈਂਸ਼ਨ ਨਹੀਂ। ਦੇਖੋ ਜੇ NSA ਜੋ SSP ਹੈ, ਜੋ SHO ਅਜਨਾਲਾ ਹੈ, ਉਸਨੇ 17 ਤਰੀਕ ਨੂੰ NSA ਲਾਉਣ ਦਾ ਰਿਕਮੈਂਡ ਕੀਤਾ ਸੀ, ਕਾਗਜ਼ਾਂ ਤੇ ਇਹ ਗੱਲ। SSP ਨੇ ਉਸੇ ਦਿਨ ਹੀ ਰਿਕਮੈਂਡ ਕਰ ਦਿੱਤਾ DC ਨੂੰ, ਪਿਛਲੇ ਸਾਲ 18 ਮਾਰਚ ਨੂੰ DC ਨੇ ਉਸੇ ਦਿਨ NSA ਲਾ ਦਿੱਤੀ। ਤਾਂ ਦੇਖਿਆ ਜਾਵੇ ਤਾਂ ਇਹ ਕੁਝ ਵੀ ਕਰ ਸਕਦੇ ਨੇ, ਕੋਈ ਸਮੇਂ ਦੀ ਪਾਬੰਦੀ ਨਹੀਂ, ਕੋਈ ਕਾਨੂੰਨ ਦੀ ਪਾਬੰਦੀ ਨਹੀਂ ਹੈਗੀ ਇਹਨਾਂ ਨੂੰ, ਇਹ ਕੁਝ ਵੀ ਕਰ ਸਕਦੇ ਨੇ। ਤਾਂ ਮੇਰੇ ਹਿਸਾਬ ਨਾਲ ਕੋਈ ਸਰਕਾਰ ਦੀ ਮਨਸ਼ਾ ਨਹੀਂ। ਤਾਂ ਇਹੋ ਬੇਨਤੀ ਹੈ ਸਾਰੀ ਕੌਮ ਨੂੰ, ਸੰਗਤਾਂ ਨੂੰ, ਵੀ ਵੱਧ ਤੋਂ ਵੱਧ ਇਕੱਠ ਕਰੀਏ ਉੱਥੇ ਹੈਰੀਟੇਜ ਸਟਰੀਟ ਸ਼ੇਰੇ ਪੰਜਾਬ ਮਹਾਰਾਜਾ ਬੁੱਤ ਦੇ ਕੋਲੇ, ਤੇ ਸਾਰਿਆਂ ਨੂੰ ਉੱਥੇ ਜ਼ਰੂਰੀ ਪਹੁੰਚੋ, ਇਹੋ ਮੇਰੀਆਂ ਬੇਨਤੀਆਂ ਨੇ ਜੀ। ਮੈਮੋਰੈਂਡਮ ਦੇਖੋ ਪਰਿਵਾਰਾਂ ਨੇ ਦਿੱਤੇ ਨੇ, ਪਰਿਵਾਰ ਸਾਰੇ ਇੱਥੇ ਖੜੇ ਨੇ, ਪਰਿਵਾਰਾਂ ਨੇ ਮੈਮੋਰੈਂਡਮ ਦਿੱਤੇ ਸੀ DC ਸਾਹਿਬ ਨੂੰ। ਕਾਫੀ ਦਿਨ ਹੋ ਗਏ, 3-4 ਦਿਨ ਹੋ ਗਏ ਮੈਮੋਰੈਂਡਮ ਦਿੱਤਾ। ਉਸ ਤੋਂ ਬਾਅਦ ਪੁਲਿਸ ਨੇ ਅਪਰੋਚ ਵੀ ਕੀਤੀ, ਪੁਲਿਸ ਪ੍ਰਸ਼ਾਸਨ ਨੇ ਬੇਨਤੀ ਕੀਤੀ ਚੰਡੀਗੜ੍ਹ ਜਾ ਕੇ ਉੱਥੇ ਜਾ ਕੇ ਮੀਟਿੰਗ ਕਰੋ, ਉੱਥੇ ਡਿਮਾਂਡ ਦੁਬਾਰਾ ਦੱਸੋ। ਤਾਂ ਦੇਖੋ ਸਰਕਾਰਾਂ ਨੂੰ ਸਭ ਪਤਾ ਹੈ, ਅਸੀਂ ਪੂਰੇ ਪ੍ਰੋਸੀਜਰ ਅਪਣਾ ਕੇ ਇੱਥੇ ਆਏ ਹਾਂ, ਪਰ ਇਹਨਾਂ ਦੀ ਮਨਸ਼ਾ ਹੈ ਨਹੀਂ ਗੀ ਕੁਛ ਵੀ ਕਰਨ ਦੀ ਜੀ।
ਪੰਜਾਬ ਵਿੱਚ ਸ਼ਿਫਟ ਕਰਨ ਦੀ ਮੰਗ ਹੈ ਜੀ। ਉਹਨਾਂ ਨੂੰ ਪਤਾ ਹੈ ਵੀ ਜੋ ਇੱਕ ਬ੍ਰੀਚ ਆਫ ਟਰੱਸਟ ਹੋ ਚੁੱਕਿਆ, ਸਾਡੀ ਜਾਨ ਨੂੰ ਖਤਰਾ ਹੈ ਉੱਥੇ ਡਿਬਰੂਗੜ੍ਹ ਜੇਲ੍ਹ ਵਿਖੇ, ਤਾਂ ਸਾਰਿਆਂ ਦੀ ਡਿਮਾਂਡ ਆ ਸਾਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਇੱਥੇ ਸਿਰਫ 10 ਬੰਦੇ ਨਹੀਂ ਹੜਤਾਲ ਤੇ ਬੈਠੇ, ਭੁੱਖ ਹੜਤਾਲ ਤੇ, ਘੱਟੋ ਘੱਟ ਵੀ 35 ਜੋ ਨੌਜਵਾਨ ਜੇਲ੍ਹਾਂ ਵਿੱਚ ਨੇ, 45 ਨੌਜਵਾਨ ਜੇਲ੍ਹਾਂ 'ਚ ਨੇ, 35 ਅੰਮ੍ਰਿਤਸਰ ਜੇਲ੍ਹ 'ਚ ਨੇ, 10 ਡਿਬਰੂਗੜ੍ਹ ਜੇਲ੍ਹ 'ਚ ਨੇ, ਉਹ ਭੁੱਖ ਹੜਤਾਲ ਤੇ ਬੈਠੇ ਨੇ ਤੇ ਸਾਰਿਆਂ ਦੇ ਪਰਿਵਾਰ ਭੁੱਖ ਹੜਤਾਲ ਤੇ ਬੈਠੇ ਨੇ। ਘੱਟੋ ਘੱਟ ਵੀ 100 ਬੰਦਾ ਭੁੱਖ ਹੜਤਾਲ ਤੇ ਬੈਠਾ ਹੈ, ਪਰ ਜੋ ਮੁੱਖ ਮੰਤਰੀ ਹੈ ਪੰਜਾਬ ਦੇ, ਜੋ ਪੰਜਾਬ ਸਰਕਾਰ ਹੈ, ਉਹਨਾਂ ਨੂੰ ਕੋਈ ਇਫੈਕਟ ਨਹੀਂ ਪੈ ਰਿਹਾ, ਕੋਈ ਉਹ ਇਸ ਦੇ ਪ੍ਰਤੀ ਕੋਈ ਮਨਸ਼ਾ ਹੈ ਨਹੀਂ ਗੀ ਹੱਲ ਕਰਨ ਦੀ।